ਤਸਵੀਰ ਉਸ ਮਾਸੂਮ ਬੱਚੇ ਦੀ ਹੈ ਜੋ ਜ਼ਿਆਦਾ ਠੰਡ ਨਹੀਂ ਸਹਾਰ ਸਕਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਦੱਸਦੇ ਕਿ ਪਹਿਲੀ ਜਮਾਤ ਵਿੱਚ ਇਹ ਬੱਚਾ ਪੜ੍ਹਦਾ ਸੀ, ਛੁੱਟੀਆਂ ਦੇ ਵਿੱਚ ਦਮ ਤੋੜ ਗਿਆ, ਠੰਡ ਲੱਗਣ ਦੇ ਕਰਕੇ ਬਿਮਾਰ ਹੋ ਗਿਆ, ਇਲਾਜ ਸਹੀ ਨਾ ਹੋਣ ਕਰਕੇ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਤਾਂ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਾਮਲਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਤੋਂ ਸਾਹਮਣੇ ਆਇਆ ਔਰ ਪਹਿਲੀ ਕਲਾਸ ਦੇ ਵਿੱਚ ਇਹ ਬੱਚਾ ਪੜ੍ਹਦਾ ਸੀ। ਜਿੱਥੇ ਪਿੰਡ ਦੇ ਲੋਕਾਂ ਨੇ ਦੁੱਖ ਵੰਡਾਇਆ, ਉੱਥੇ ਹੀ ਸਕੂਲ ਦੇ ਸਟਾਫ ਦੇ ਵੱਲੋਂ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਦੱਸਦੇ ਕਿ ਇਹ ਬੱਚਾ ਦੋ ਭਰਾਵਾਂ ਤੇ ਦੋ ਭੈਣਾਂ ਦਾ ਭਰਾ ਸੀ। ਬਰਨਾਲਾ ਦੇ ਪਿੰਡ ਪੱਖੋਂ ਕਲਾਂ ਦੇ ਵਿੱਚ ਮਾਤਮ ਛਾ ਗਿਆ ਔਰ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਹੈ ਔਰ ਇਲਾਜ ਸਹੀ ਤਰੀਕੇ ਦੇ ਨਾਲ ਨਹੀਂ ਹੋ ਸਕਿਆ ਤਾਂ ਹਸਪੀਟਲ ਦੇ ਵਿੱਚ ਇਸ ਮਾਸੂਮ ਬੱਚੇ ਦੀ ਮੌਤ ਹੋ ਗਈ। ਹਾਲੇ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਸੀ ਔਰ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਦੁੱਖ ਸਾਂਝਾ ਕੀਤਾ ਗਿਆ, ਨਾਲ ਹੀ ਦੱਸਿਆ ਕਿ ਕਿੰਨਾ ਹੋਣਹਾਰ ਇਹ ਬੱਚਾ ਸੀ। ਇਸ ਦੀ ਉਮਰ 6 ਸਾਲ ਦੀ ਸੀ ਔਰ ਇਸ ਦਾ ਨਾਮ ਕੁਲਦੀਪ ਸਿੰਘ ਸੀ ਔਰ ਜ਼ਿਆਦਾ ਠੰਡ ਹੋਣ ਕਰਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਦੱਸਦੇ ਕਿ ਅੱਤ ਦੀ ਠੰਡ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ, ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਨੇ ਤਾਂ ਇਹ ਬੱਚਾ ਇੱਕ ਬਿਮਾਰੀ ਦਾ ਸ਼ਿਕਾਰ ਹੋਇਆ। ਛੁੱਟੀਆਂ ਦੇ ਵਿੱਚ ਹੀ ਇਸ ਬੱਚੇ ਦੀ ਦਰਦਨਾਕ ਮੌਤ ਹੋ ਗਈ। ਪਹਿਲੀ ਕਲਾਸ ਦੇ ਵਿੱਚ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦਾ ਸੀ। ਇਹਦੇ ਮੇਰੇ ਭਾਈ ਦਾ ਇਲਾਜ ਨਹੀਂ ਕਰਾਇਆ, ਪਹਿਲੀ ਕਲਾਸ 'ਚ ਪੜ੍ਹਦਾ ਸੀ। ਛੁੱਟੀਆਂ ਦੇ ਕਾਰਨ ਮੇਰਾ ਭਾਈ ਉਸ ਤੋਂ ਬਾਅਦ ਬਰਾਮ ਹੋ ਗਿਆ, ਇਹਦੇ ਕਰਕੇ ਉਦੋਂ ਬਾਅਦ ਦਵਾਈ ਡਾਕਟਰ ਤੋਂ ਉਹਦਾ ਸਰੀਰ ਨਹੀਂ ਸੈੱਟ ਆਇਆ। ਉਦੋਂ ਫਿਰ ਬਰਨਾਲੇ ਲੈ ਜਾਈ ਜਾਏ ਰਾਤ ਨੂੰ 12 ਵਜੇ, ਉਦੋਂ ਬਾਅਦ ਜਾਂਦੇ ਜਾਂਦੇ ਮੌਤ ਹੋ ਜਾਈ, ਠੰਡ ਚੜ੍ਹਨ ਹੋ ਗਈ ਜੀ, ਮੌਤ ਨੌਮੀਆ ਹੋ ਜਾਈ। ਬਹੁਤ ਹੀ ਮੰਦਭਾਗੀ ਘਟਨਾ ਹੋਈ ਆ, ਅਸੀਂ ਵੀ ਉਸ ਗੱਲ ਨਾਲ ਹਲੂਣੇ ਹੋਏ ਹਾਂ। ਬੱਚਾ ਬਹੁਤ ਹੀ ਕੋਮਲ ਸੀਗਾ, ਹਾਲੇ ਵੀ ਸਾਡੀਆਂ ਅੱਖਾਂ ਸਾਹਮਣੇ ਬੱਚਾ ਘੁੰਮਦਾ, ਅਤੇ ਠੰਡ ਕਾਰਨ ਛੁੱਟੀਆਂ ਦੇ ਵਿੱਚ ਹੀ ਬੱਚੇ ਦੀ 21 ਤਰੀਕ ਨੂੰ ਅਚਨਚੇਤ ਮੌਤ ਹੋ ਗਈ। ਉਹ ਸਾਡੇ ਲਈ ਵੀ ਇੱਕ ਸ਼ੌਕ ਵਾਲਾ ਸੀਗਾ, ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਸੀਗਾ। ਬੇਸ਼ੱਕ ਅਸੀਂ ਸਕੂਲ ਦੇ ਵਿੱਚ ਜਾਂ ਸਰਕਾਰ ਅਕਸਰ ਸਕੂਲਾਂ ਦੇ ਵਿੱਚ ਬਹੁਤ ਯਤਨ ਕਰਦੀ ਆ, ਛੁੱਟੀਆਂ ਵੀ ਅਕਸਰ ਕਈ ਵਾਰ ਕੀਤੀਆਂ ਜਾਂਦੀਆਂ ਨੇ ਕਿ ਬੱਚੇ ਨੂੰ ਠੰਡ ਤੋਂ ਬਚਾਇਆ ਜਾ ਸਕੇ, ਪਰ ਕੁਛ ਹੱਦ ਤੱਕ ਅਸੀਂ ਮੈਂ ਪਰਿਵਾਰ ਮੈਂਬਰਾਂ ਨੂੰ ਵੀ ਕਹਿਣਾ ਚਾਹਾਂਗਾ ਜਾਂ ਬਾਕੀ ਬੱਚੇ ਜੋ ਮੇਰੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਕਹਿਣਾ ਚਾਹਾਂਗਾ ਕਿ ਕਿਰਪਾ ਕਰਕੇ ਘਰ ਵੀ ਬੱਚਿਆਂ ਦਾ ਪੂਰੀ ਤਰ੍ਹਾਂ ਧਿਆਨ ਦਿੱਤਾ ਜਾਵੇ। ਜਿਵੇਂ ਕਿ ਠੰਡ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਕੋਸ਼ਿਸ਼ ਕੀਤੀ ਜਾਵੇ ਕਿ ਘਰ ਤੋਂ ਬਾਹਰ ਨਾ ਨਿਕਲ ਦਿੱਤਾ ਜਾਵੇ, ਔਰ ਜੇਕਰ ਜਾਂਦੇ ਹਨ ਤਾਂ ਪ੍ਰੋਪਰ ਕੱਪੜੇ ਪਾ ਕੇ ਠੰਡ ਤੋਂ ਬਚਣ ਤਾਂ ਕਿ ਉਹ ਪਾ ਕੇ ਭੇਜਿਆ ਕਰਨ, ਇਹੀ ਮੈਂ ਕਹਿਣਾ ਚਾਹਾਂਗਾ। ਬਾਕੀ ਇਸ ਤੋਂ ਮਾੜੀ ਘਟਨਾ ਸ਼ਾਇਦ ਹੀ ਕਿਤੇ ਦੇਖੀ ਹੋਵੇ। ਨਾ ਨੰਨਾ ਮੁੰਨਾ ਬੱਚਾ ਸਾਡੇ ਸਕੂਲ ਦਾ ਪਹਿਲੀ ਕਲਾਸ ਦਾ ਵਿਦਿਆਰਥੀ ਸੀਗਾ, 6.5 ਸਾਲ ਦੀ ਉਮਰ, ਬਹੁਤ ਵਧੀਆ ਸੀ, ਕੰਮ ਕੁੰਮ ਵੀ ਵਧੀਆ ਕਰਦਾ ਸੀਗਾ, ਉਸਦਾ ਵੱਡਾ ਭਰਾ ਵੀ ਸਾਡੇ ਸਕੂਲ 'ਚ ਪੜ੍ਹਦਾ, ਦੋਨੋਂ ਬੱਚੇ ਕਾਫੀ ਐਕਟਿਵ ਸੀ। ਅਸੀਂ ਸਿੱਖਿਆ ਵਿਭਾਗ ਵੱਲੋਂ, ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਪਰਿਵਾਰ ਨਾਲ ਪੂਰੀ ਹਮਦਰਦੀ ਜ਼ਾਹਰ ਕਰਦੇ ਹਾਂ, ਔਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਲੋੜ ਹੈ ਤਾਂ ਉਹ ਵੀ ਬੱਚਿਆਂ ਨੂੰ ਪੜ੍ਹਾਈ ਦੇ ਤੌਰ 'ਤੇ ਉਹ ਵੀ ਪ੍ਰੋਪਰ ਬੱਚਿਆਂ ਦੀ ਮਦਦ ਜਿਹੜੀ ਹੈ ਅਸੀਂ ਕਰਾਂਗੇ। ਅਤੇ ਸਿੱਖਿਆ ਵਿਭਾਗ, ਸਾਰੇ ਹੀ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਬਰਨਾਲਾ ਜੀ, ਸਾਡੇ CST ਸਾਹਿਬ ਨਿਤਿਨ ਸੋਢੀ ਜੀ, BPO ਸਾਹਿਬ, ਸਾਰਿਆਂ ਵੱਲੋਂ ਹੀ ਦੁੱਖ ਦਾ ਅਸੀਂ ਪ੍ਰਗਟਾਵਾ ਕਰਦੇ ਹਾਂ। ਇਹ ਬਹੁਤ ਹੀ ਮਾੜੀ ਘਟਨਾ ਜੋ ਵਾਪਰੀ। ਪਰਿਵਾਰ ਗਰੀਬ ਹੈ ਜੀ,
ਪਿਛਲੇ ਦਿਨੀ ਇਸ ਦੀ ਮੌਤ ਹੋ ਗਈ ਅਤੇ ਇਲਾਜ ਨਹੀਂ ਹੋਇਆ ਜੀ। ਇਲਾਜ ਹੋਣ ਦੇ ਨਾਲ ਮਤਲਬ ਜੇ ਇਲਾਜ ਹੁੰਦਾ ਪੈਸਾ ਹੈ ਨਹੀਂ ਸੀ ਕੋਲ, ਗਈ ਗਰੀਬ ਜਾਨ ਹੈਗੇ ਜੀ ਅਸੀਂ, ਅਤੇ ਬੱਚੇ ਦੋ ਬੱਚੇ ਨੇਗੇ, ਦੋ ਗੁੱਡੀਆਂ ਨੇ, ਤਿੰਨ ਭਰਾ ਸੀ, ਇੱਕ ਦੀ ਮੌਤ ਹੋ ਗਈ ਛੋਟੇ ਦੀ। ਪਹਿਲੀ ਕਲਾਸ 'ਚ ਪੜ੍ਹਦਾ ਸੀ ਜੀ, ਅਤੇ ਪਹਿਲੀ ਕਲਾਸ 'ਚ ਪੜ੍ਹਦਾ ਪੜ੍ਹਦਾ ਛੁੱਟੀਆਂ ਦੇ ਵਿੱਚ ਘਰ ਸੀ ਜੀ, ਘਰ ਉਹਦੇ ਠੰਡ ਦੇ ਕਾਰਨ ਨਾਲ ਸਮਝੋ ਨਮੂਨੀਆ ਹੋ ਗਿਆ ਜੀ, ਨਮੂਨੀਆ ਨਾਲ ਗੁਜ਼ਰ ਗਿਆ ਬੱਚਾ। ਪਰਿਵਾਰ ਹੈ ਜੀ, ਇਹਨੂੰ ਕੋਈ ਸਹਾਇਤਾ ਦਿੱਤੀ ਜਾਵੇ ਅਤੇ ਆਪਦਾ ਗੁਜ਼ਾਰਾ ਕਰ ਸਕਣ। ਮਾਤਾ ਤਾਂ ਜੀ ਮਤਲਬ ਦਿਮਾਗੀ ਉਹ ਹੈਗੀ, ਅਤੇ ਬਾਕੀ ਇਹਦੇ ਪਿਓ ਦੀ ਡੈਥ ਹੋਈ ਹੋਈ।